ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ 'ਤੇ ਸਵਾਗਤ ਹੈ ਤੁਹਾਡਾ ਸਭ ਦਾ। ਰਾਤ ਦੀ ਮੌਸਮ ਦੀ ਅਪਡੇਟ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਅੱਜ 4 ਜੂਨ ਅੱਜ ਰਾਤ ਸਮੇਂ ਕੀ ਮੌਸਮ ਦੀ ਹਲਚਲ ਦੇਖਣ ਨੂੰ ਮਿਲੇਗੀ। ਸੋ ਜਿਵੇਂ ਹੁਣ ਪਹਿਲਾਂ ਤਾਜ਼ਾ ਸੈਟੇਲਾਈਟ ਤਸਵੀਰ ਦੇਖ ਰਹੇ ਹਾਂ ਕਿ ਪੱਛਮੀ ਇਲਾਕਿਆਂ ਦੇ ਵਿੱਚ, ਖਾਸ ਤੌਰ 'ਤੇ ਪਾਕਿਸਤਾਨ ਦੇ ਵਿੱਚ, ਇੱਕ ਜਿਹੜਾ ਬੱਦਲੀ ਸਿਸਟਮ ਉੱਠਿਆ ਸ਼ਾਮ ਦੇ ਲਗਭਗ 5 ਵਜੇ ਦੇ ਆਸ ਪਾਸ, ਅਤੇ ਉਹ ਅੱਗੇ ਪੂਰਬੀ ਦਿਸ਼ਾ ਨੂੰ ਵੱਧ ਰਿਹਾ ਅਤੇ ਆਸਾਰ ਥੋੜ੍ਹੇ ਬਹੁਤੇ ਬਣਦੇ ਜਾਪ ਰਹੇ ਨੇ ਕਿ ਜਿਹੜਾ ਪੰਜਾਬ ਦਾ ਪੱਛਮੀ ਸੀਮਾ ਦੇ ਜ਼ਿਲ੍ਹੇ ਨੇ ਉਹਨਾਂ ਵਿੱਚ ਬੱਦਲਬਾਈ ਦੀ ਥੋੜ੍ਹੀ ਬਹੁਤ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਆਪਾਂ ਨੂੰ ਅੱਧੀ ਰਾਤ ਦੇ ਆਸ ਪਾਸ ਤੋਂ ਲੈ ਕੇ ਅੱਧੀ ਰਾਤ ਤੋਂ ਬਾਅਦ ਦਾ ਜੋ ਸਮਾਂ ਹੋਵੇਗਾ, ਯਾਨੀ 11-12 ਵਜੇ ਦੇ ਆਸ ਪਾਸ ਤੋਂ ਬਾਅਦ ਇਹ ਬੱਦਲਾਂ ਦੀ ਜਿਹੜੀ ਕਾਰਵਾਈ ਆ ਥੋੜ੍ਹੀ ਬਹੁਤ ਦੇਖਣ ਨੂੰ ਮਿਲੂਗੀ ਪੰਜਾਬ ਦੇ ਸੀਮਾ ਦੇ ਇਲਾਕੇ, ਜਿਵੇਂ ਮਾਝੇ ਦਾ ਖੇਤਰ ਹੋ ਗਿਆ, ਆਪਣੇ ਮਾਲਵੇ ਦੇ ਵਿੱਚ ਫਿਰੋਜ਼ਪੁਰ ਹੋ ਗਿਆ, ਫਰੀਦਕੋਟ ਦੇ ਭਾਗ ਹੋ ਗਏ, ਆਪਣੇ ਫਾਜ਼ਿਲਕਾ ਜ਼ਿਲ੍ਹਾ ਹੋ ਗਿਆ, ਮੁਕਤਸਰ ਸਾਹਿਬ ਦੇ ਇਲਾਕੇ ਹੋ ਗਏ। ਸੋ ਇਸ ਤੋਂ ਇਲਾਵਾ ਕੁਝ ਮੋਗੇ ਜ਼ਿਲ੍ਹੇ ਦੇ ਭਾਗ, ਸੋ ਇਹਨਾਂ ਇਲਾਕਿਆਂ ਦੇ ਵਿੱਚ ਬੱਦਲਾਂ ਦੀ ਥੋੜ੍ਹੀ ਬਹੁਤ ਹਲਚਲ, ਗਰਜ ਚਮਕ ਦੇਖਣ ਨੂੰ ਮਿਲ ਸਕਦੀ ਹੈ। ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਦੇ ਬੁੱਲੇ ਵੀ ਥੋੜ੍ਹੇ ਸਮੇਂ ਲਈ ਚੱਲ ਸਕਦੇ ਨੇ, ਅਤੇ ਸ਼ਰਾਟੇਦਾਰ ਮੀਂਹ ਵੀ ਕੁਝ ਸਥਾਨਾਂ ਵਿੱਚ ਪੈਣ ਤੋਂ ਇਨਕਾਰ ਨਹੀਂ ਕਰ ਸਕਦੇ ਆਪਾਂ। ਹਾਲਾਂਕਿ ਜੋ ਅਪਡੇਟ ਮਿਲਦੀ ਹੈ ਉਹਦੇ ਮੁਤਾਬਕ ਜਾਣਕਾਰੀ ਹੈ ਵੀ ਇਹ ਸਿਸਟਮ ਪੰਜਾਬ ਤੱਕ ਪਹੁੰਚਦੇ ਥੋੜ੍ਹਾ ਜਿਹਾ ਕਮਜ਼ੋਰ ਹੋ ਜਾਵੇਗਾ, ਪਰ ਬੱਦਲਬਾਈ ਜ਼ਰੂਰ ਪੰਜਾਬ ਦੇ ਉੱਪਰ ਦੇਖਣ ਨੂੰ ਮਿਲੂਗੀ। ਮੀਂਹ ਦੀਆਂ ਗਤੀਵਿਧੀਆਂ ਘੱਟ ਰਹਿਣਗੀਆਂ, ਮੌਸਮ 'ਚ ਵੱਡੀ ਹਲਚਲ ਘੱਟ ਹੋਣ ਦੇ ਚਾਂਸ ਨੇ। ਥੋੜ੍ਹੀ ਬਹੁਤ ਹਲਕੇ ਫੁਲਕੇ ਛਿੱਟੇ ਮੀਂਹ ਦੇ ਕੁਝ ਹਿੱਸਿਆਂ ਵਿੱਚ ਗਰਜ ਚਮਕਣਾ ਪੈ ਸਕਦੇ ਨੇ, ਥੋੜ੍ਹੀਆਂ ਬਹੁਤ ਤੇਜ਼ ਹਵਾਵਾਂ ਵਗ ਸਕਦੀਆਂ ਨੇ। ਉਸ ਤੋਂ ਬਿਨਾਂ ਜਿਹੜਾ ਬਾਕੀ ਪੰਜਾਬ ਦੇ ਹਿੱਸੇ ਨੇ, ਮੱਧ ਪੰਜਾਬ ਤੋਂ ਲੈ ਕੇ ਪੂਰਬੀ ਹਿੱਸਾ ਹੋ ਗਿਆ, ਜਾਂ ਆਪਣੇ ਦੁਆਬੇ ਦੇ ਇਲਾਕੇ ਹੋ ਗਏ, ਮਾਲਵੇ ਦੇ ਪੂਰਬੀ ਹਿੱਸੇ ਜਿਨ੍ਹਾਂ ਵਿੱਚ ਪਟਿਆਲਾ ਦੇ ਇਲਾਕੇ ਹੋ ਗਏ, ਚੰਡੀਗੜ੍ਹ ਮੋਹਾਲੀ ਸਾਈਡ ਦੇ ਇਲਾਕੇ, ਲੁਧਿਆਣਾ ਹੋ ਗਿਆ, ਫਤਿਹਗੜ੍ਹ ਸਾਹਿਬ ਦੇ ਭਾਗ, ਇਸ ਤੋਂ ਇਲਾਵਾ ਸੰਗਰੂਰ ਹੋ ਗਿਆ, ਮਲੇਰਕੋਟਲੇ ਦੇ ਇਲਾਕੇ ਹੋ ਗਏ, ਬਰਨਾਲੇ ਤੱਕ ਦੇ ਭਾਗ, ਇਹਨਾਂ ਭਾਗਾਂ ਵਿੱਚ ਥੋੜ੍ਹੀ ਬਹੁਤ ਬੱਦਲਬਾਈ ਅੱਧੀ ਰਾਤ ਤੋਂ ਬਾਅਦ ਦੇਖਣ ਨੂੰ ਮਿਲ ਸਕਦੀ ਹੈ, ਪਰ ਕੋਈ ਮੌਸਮ ਦੀ ਹਲਚਲ ਮੀਂਹ ਦੇ ਰੂਪ ਵਿੱਚ ਦੇਖਣ ਨੂੰ ਘੱਟ ਹੀ ਮਿਲੇਗੀ। ਮੌਸਮ ਫਿਲਹਾਲ ਠੀਕ ਠਾਕ, ਹਲਕੀ ਟੁੱਟਵੀਂ ਬੱਦਲਬਾਈ ਦਰਮਿਆਨ ਬਣਿਆ ਰਹੇਗਾ। ਜੋ ਨੋਰਮਲ ਹਵਾਵਾਂ ਹੋਣਗੀਆਂ ਉੱਤਰ ਪੱਛਮ ਦਿਸ਼ਾ ਤੋਂ ਹੀ ਵਗਣਗੀਆਂ। ਰਾਤ ਦਾ ਘੱਟੋ ਘੱਟ ਟੈਂਪਰੇਚਰ 25-26 ਡਿਗਰੀ ਦੇ ਆਸ ਪਾਸ ਦਰਜ ਕੀਤਾ ਜਾਵੇਗਾ।